ਬਾਜ਼ਾਰ 'ਚ ਮੈਂ ਚੰਡੀਗੜ੍ਹ ਕਿਸੇ ਕੰਮ ਲਈ ਆਪਣਾ ਸਵੇਰੇ ਚੱਲੀ ਸੀ 12:15 ਵਜੇ ਤਿਆਰ ਹੋ ਕੇ ਘਰ ਤੋਂ। ਜਿਵੇਂ ਮੈਂ ਬੱਸ ਚੜ੍ਹਨ ਲੱਗੀ ਜੀ, ਮੇਰੇ ਪਿੱਛੇ 2-3 ਲੇਡੀਜ਼ ਆਈਆਂ ਜਿਨ੍ਹਾਂ ਦਾ ਮੈਨੂੰ ਬੱਸ ਚੜ੍ਹਨ ਲੱਗਿਆ ਪਿੱਛੋਂ ਪੁਸ਼ ਕਰਕੇ ਪੂਰੀ ਤਰ੍ਹਾਂ ਧੱਕਾ ਮਾਰਿਆ, ਅਤੇ ਮੈਨੂੰ ਕੁਛ ਲੱਗਿਆ ਕਿ ਉਹ ਮੇਰਾ ਕੁਛ ਖਿੱਚ ਰਹੀਆਂ ਨੇ। ਜਿਵੇਂ ਮੈਂ 2 ਸਟੈਪ ਬੱਸ ਚੜ੍ਹੀ, ਉਹ ਬੱਸ 'ਤੇ ਨਹੀਂ ਚੜ੍ਹੀਆਂ, ਮੈਂ ਦੇਖਿਆ ਮੇਰੀ ਬਾਂਹ ਦੇ ਵਿੱਚੋਂ 2 ਚੂੜੀਆਂ ਸੀ ਗੋਲਡ ਪਈਆਂ ਹੋਈਆਂ, ਉਹਨਾਂ ਨੇ ਮੇਰੀ ਚੂੜੀ ਕੱਟ ਲਈ। 1 ਚੂੜੀ ਪੂਰੀ ਤਰ੍ਹਾਂ ਵਿੰਗੀ ਹੋਈ ਪਈ ਸੀ, 1 ਚੂੜੀ ਨਹੀਂ ਸੀ, ਨਾ ਹੀ ਮੇਰਾ ਪਰਸ ਸੀ ਮੇਰੇ ਹੱਥ ਦੇ ਵਿੱਚ। ਉਦੋਂ ਹੀ ਮੈਂ ਰੋਲਾ ਪਾ ਕੇ ਨਾਲ ਦੀ ਨਾਲ ਉਤਰ ਗਈ ਬੱਸ 'ਚੋਂ, ਔਰ ਮੈਂ ਉਹ ਲੇਡੀ ਨੂੰ ਪਕੜ ਲਿਆ। ਲੋਕ ਸ਼ੋਰ ਪਾਇਆ ਵੀ ਚੋਰ ਚੋਰ ਕਰਕੇ, ਵੀ ਇਹਨੇ ਮੇਰੀ ਚੂੜੀ ਵੀ ਕੱਟ ਲਈ, ਪਰਸ ਵੀ ਖੋਹ ਲਿਆ। ਲੋਕਾਂ ਨੇ ਮੇਰੀ ਮਦਦ ਕਰਕੇ ਉਹ ਲੇਡੀ ਨੂੰ ਅਸੀਂ ਪਕੜ ਲਿਆ। ਉਹਦੀ ਜੇਬ ਵਿੱਚੋਂ ਚੂੜੀ ਨਿਕਲੀ ਕੱਟੀ ਹੋਈ ਮੇਰੀ, ਜਿਹੜੀ ਉਹਨੇ ਮੇਰੇ ਬਾਂਹ 'ਚੋਂ ਕੱਟ ਲਈ ਸੀ, ਨਾਲ ਹੀ ਉਹਨੇ ਪਰਸ ਮੇਰਾ ਉਹਦੇ ਵਿੱਚੋਂ ਉਹਦੇ ਸਮਾਨ 'ਚੋਂ ਨਿਕਲਿਆ। ਪਰਸ 'ਚ ਕਿੰਨਾ ਅਮਾਊਂਟ ਸੀ ਜੀ? ਪਰਸ ਵਿੱਚ ਪੈਸੇ ਸੀ ਜੀ ਮੇਰੇ। ਅਤੇ ਉਸ ਤੋਂ ਬਾਅਦ ਉਹਨੂੰ ਪਕੜਿਆ ਗਿਆ ਜੀ, ਉਹਦਾ ਲੋਕਾਂ ਨੇ ਕਾਫੀ ਕੀਤਾ ਹੈ ਨਾ, ਮਾਰ ਕੁਟਾਈ ਕੀ, ਮਤਲਬ ਥੋੜ੍ਹਾ ਬਹੁਤਾ ਉਹਨੂੰ ਥੱਪੜ ਥੱਪੜ ਲਾਏ, ਤਾਂ ਉਹ ਇਸ ਚੀਜ਼ ਨੂੰ ਪੁਲਿਸ ਨੂੰ ਬੁਲਾਇਆ ਗਿਆ, ਤਾਂ ਉਹ ਪਕੜੀ ਗਈ। ਉਹ ਮੇਰਾ ਜੋ ਸਮਾਨ ਉਹਨੇ ਖਿੱਚਿਆ ਸੀ, ਤੋੜਿਆ ਸੀ ਮੇਰੇ ਆ ਬਾਂਹ 'ਤੇ, ਤੁਸੀਂ ਕੱਟ ਦੇਖ ਸਕਦੇ ਹੋ, ਅਤੇ ਚੂੜੀਆਂ ਕੱਟੀਆਂ ਹੋਈਆਂ ਉਹਦੇ ਕੋਲੋਂ ਨਿਕਲੀਆਂ, ਅਤੇ ਉਹਨੂੰ ਪੁਲਿਸ ਕੋਲੋਂ ਅਰੈਸਟ ਕੀਤਾ ਗਿਆ, ਅਤੇ ਉਹਦੇ ਖਿਲਾਫ਼ ਹੁਣ ਪਰਚਾ ਹੋਇਆ। ਅਤੇ ਲੋਕ ਇਸ ਚੀਜ਼ ਤੋਂ ਬਚ ਕੇ ਰਹਿਣ, ਇਹਨਾਂ ਲੋਕਾਂ ਤੋਂ। ਲੋਕਾਂ ਨੂੰ ਕੀ ਕਹਿਣਾ ਤੁਸੀਂ? ਦਲੇਰੀ ਨਾਲ ਫੜਿਆ ਨਾ, ਕੀ ਕਹਿਣਾ ਚਾਹੁੰਦੇ ਹੋ ਲੇਡੀਜ਼? ਮੇਰਾ ਤਾਂ ਬਚਾਅ ਹੋ ਗਿਆ, ਮੇਰੇ ਵਰਗੀ ਪਤਾ ਨਹੀਂ ਕਿੰਨੀ ਕੁ ਲੇਡੀਜ਼ ਨੂੰ, ਕਿੰਨੇ ਲੋਕਾਂ ਨੂੰ ਲੁੱਟ ਚੁੱਕੀਆਂ, ਜਾਂ ਉਹਨਾਂ ਨੇ ਅੱਗੋਂ ਲੁੱਟਣਾ ਸੀਗਾ। ਤਾਂ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਵੀ ਅਵੇਅਰ ਹੋ ਜਾਓ ਪੂਰੀ ਤਰ੍ਹਾਂ, ਜੇ ਕੋਈ ਇਹ ਜਾਣਦਾ ਉਹਨੂੰ ਛੱਡੋ ਨਾ ਪੂਰੀ ਤਰ੍ਹਾਂ, ਹੌਸਲੇ ਨਾਲ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਕਰੋ, ਤਾਂ ਕਿ ਉਹਨਾਂ ਖਿਲਾਫ਼ ਕਾਰਵਾਈ ਹੋ ਸਕੇ। ਇਹਦੇ ਵਿੱਚ ਸਾਡੇ ਕੋਲ ਦਵਿੰਦਰ ਕੌਰ ਜੋ ਮਰਿੰਡੇ ਦੀ ਲੇਡੀ ਰਹਿਣ ਵਾਲੀ ਹੈਗੀ ਆ, ਇਹਨਾਂ ਵੱਲੋਂ ਕੰਪਲੇਂਟ ਆਈ ਸੀਗੀ ਵੀ ਉਹ ਜਿਹੜੀ ਬੱਸ ਦੇ ਵਿੱਚ ਕਿਤੇ ਜਾ ਰਹੇ ਸੀਗੇ, ਅਤੇ ਉੱਥੇ ਭੀੜ ਦੇ ਵਿੱਚ ਇੱਕ ਜਿਹੜੀ ਗੋਮਾ ਨਾਂ ਦੀ ਜਨਾਨੀ ਹੈ ਜਿਹਨਾਂ ਨੇ ਉਹਦੀ ਚੂੜੀ ਕੱਟ ਲਈ ਸੀ, ਉੱਥੇ ਭੀੜ ਨੇ ਵੀ ਉੱਥੇ ਉਹਨੂੰ ਕਾਬੂ ਕਰ ਲਿਆ ਸੀਗਾ, ਅਤੇ ਪੁਲਿਸ ਪਾਰਟੀ ਵੀ ਸਾਡੀ ਜਿਹੜੀ ਆ ਉੱਥੇ ਬੱਸ ਸਟੈਂਡ ਦੇ ਕਮਰੇ ਸੀਗੇ, ਉੱਥੇ ਉਹਨਾਂ ਨੇ ਭੀੜ ਦੇ ਵਿੱਚ ਜਾ ਕੇ ਉਹਨੂੰ ਕਾਬੂ ਕੀਤਾ, ਅਤੇ ਇਹਦੇ ਖਿਲਾਫ਼ ਜਿਹੜੀ ਹੈ ਇੱਕ FIR ਰਜਿਸਟਰ ਕੀਤੀ, FIR 5 ਰਜਿਸਟਰ ਕੀਤੀ ਅਸੀਂ। ਇਹਦਾ ਨਾਮ ਗੁੰਮ, ਜੋ ਲੇਡੀ ਉੱਥੇ ਕਾਬੂ ਕੀਤੀ ਉਹਦਾ ਨਾਮ ਗੁੰਮਾ ਹੈ, ਜਿਹੜੀ ਪੱਖੋਵਾਲ ਲੁਧਿਆਣੇ ਦੀ ਰਹਿਣ ਵਾਲੀ ਹੈ, ਅਤੇ ਜਿਹੜਾ ਇਹਦੇ ਖਿਲਾਫ਼ ਜਿਹੜੀ ਸੋਨੇ ਦੀ ਜਿਹੜੀ ਚੂੜੀ ਕੱਟੀ ਸੀ ਉਹ ਵੀ ਅਸੀਂ ਜਿਹੜੀ ਰਿਕਵਰ ਕਰ ਲਈ ਹੈ। ਤੁਹਾਨੂੰ ਜ਼ਰੂਰ ਦੱਸਾਂਗੇ।